चाहिए जाना ईहो रबिदा है परिमोना ईहो रबिदा है परिमोना पपियो ओ है केंदा जाओ पपियो पाज मेरे ना किसी बचोड़ा ईहो रबिदा है परिमोना ईहो रबिदा है परिमोना यीशु दे दर ते चाही रह जाना ईहो रबिदा है परिमोना ईहो रबिदा है परिमोना बाप अते बेटे अते रूह पाक दे नाम ते आमीन साडे प्रभु यीशु मसीह दा फजल खुदा बाप दा प्रेम अते रूह पाक दी सांझ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ ਤੇ ਬੱਚਿਓ ਅੱਜ ਅਸੀਂ ਸਾਰੇ ਪ੍ਰਭੂ ਯਿਸੂ ਦੇ ਨਾਲ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲੈਣ ਲਈ ਪ੍ਰਾਰਥਨਾ ਭਵਨ ਟੀਵੀ ਦੇ ਸਾਹਮਣੇ ਇਕੱਠੇ ਹੋਏ ਹਾਂ ਸ਼ਾਇਦ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੂਰ ਕਰਨ ਲਈ ਚਾਹੁੰਦੇ ਹੋ ਪਵਿੱਤਰ ਕੁਰਬਾਨੀ ਦਾ ਸਮਾਂ ਪੇਂਟ ਚਲਾਉਣ ਦਾ ਸਮਾਂ ਹੈ ਸਭ ਤੋਂ ਵੱਡੀ ਪ੍ਰਾਰਥਨਾ ਸਭ ਤੋਂ ਵੱਡੇ ਬਲੀਦਾਨ ਸਿਰਫ ਪਾਕ ਯੂਕਰਿਸਤ ਹੈ ਅਸੀਂ ਵੀ ਇਸ ਪਾਕ ਯੂਕਰਿਸਤ ਵਿੱਚ ਭਾਗ ਲਵਾਂਗੇ ਅਤੇ ਇਸ ਪਾਕ ਯੂਕਰਿਸਤ ਦੇ ਨਾਲ ਅਸੀਂ ਖਾਸ ਪ੍ਰਾਰਥਨਾ ਕਰਾਂਗੇ ਤਾਂ ਜੋ ਸਾਡੇ ਪ੍ਰਭੂ ਯਿਸੂ ਮਸੀਹ ਸਾਨੂੰ ਸੱਚੇ ਰਸਤੇ ਤੇ ਲੈ ਕੇ ਚੱਲੇ ਆਈਏ ਅਸੀਂ ਇਸ ਵਰਦਾਨ ਦੇ ਲਈ ਅੱਜ ਦੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਖਾਸ ਪ੍ਰਾਰਥਨਾ ਕਰੀਏ ਪ੍ਰਭੂ ਯਿਸੂ ਦੇ ਇਸ ਪਾਕ ਹਫਤੇ ਦੇ ਵਿੱਚ ਪ੍ਰਭੂ ਯਿਸੂ ਦੇ ਨਾਲ ਸਫ਼ਰ ਕਰਕੇ ਇਸ ਪਾਕ ਹਫਤੇ ਦੇ ਵਿੱਚੋਂ ਬਰਕਤ ਪਾਉਣ ਲਈ ਆਪਣੇ ਆਪ ਨੂੰ ਤਿਆਰ ਕਰੀਏ ਆਈਏ ਅਸੀਂ ਕੀਤੇ ਹੋਏ ਸਾਰੇ ਗੁਨਾਹ ਇਸ ਵਕਤ ਚੇਤੇ ਕਰਾਂਗੇ ਸੱਚ ਦਿਲੋਂ ਪ੍ਰਭੂ ਯਿਸੂ ਤੋਂ ਮਾਫ਼ੀ ਮੰਗਣ ਦਾ ਸਮਾਂ ਆਈਏ ਅਸੀਂ ਵਿਸ਼ਵਾਸ ਦੇ ਨਾਲ ਭਗਤੀ ਭਾਵ ਦੇ ਨਾਲ ਪ੍ਰਭੂ ਯਿਸੂ ਤੋਂ ਮਾਫ਼ੀ ਮੰਗੀਏ ਤਾਂ ਜੋ ਅੱਜ ਦੇ ਇਸ ਪਵਿੱਤਰ ਸਮਾਂ ਇਸ ਪਾਕ ਮਾਸ ਦੇ ਗੁਰਬਾਣੀ ਦਾ ਸਮਾਂ ਯੋਗ ਰੀਤੇ ਦੇ ਨਾਲ ਅਸੀਂ ਵਿਨਿਯੋਗ ਕਰ ਸਕੀਏ ਅਤੇ ਪ੍ਰਭੂ ਯਿਸੂ ਤੋਂ ਮਾਫ਼ੀ ਮੰਗਦੇ ਹੋਈਏ ਆਈਏ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਪੂਰੀ ਕੁਦਰਤ ਵਾਲੇ ਖੁਦਾ ਤੇ ਪੈਣਾ ਪ੍ਰਵਾਨ ਅਗੇ ਮੈਂ ਇੱਕ ਵਾਲੇ ਕਰਦਾ ਮੈਂ ਇੱਕ ਵਾਲੇ ਕਰਦਾ ਸੋਚਣ ਬੋਲਣ ਤੇ ਕਰਨਾ ਬਹੁਤ ਗੁਨਾ ਕੀਤੇ ਸਦਾ ਕੁਵਾਰੀ ਮਰੀਮ ਤੇ ਸਾਰੇ ਫਰਿਸ਼ਤਿਆਂ ਸੰਤਾਂਗੇ ਪ੍ਰਵਾਨੀ ਅਗੇ ਮੈਂ ਹੁਣ ਵੀ
ਵੰਦਗੇ ਕਰੋ ਦੁਆ ਸਾਰੇ ਮਿਲ ਕੇ ਅਸੀਂ ਪ੍ਰਾਰਥਨਾ ਕਰੀਏ ਯੇ ਪੂਰੀ ਕੁਦਰਤ ਵਾਲੀ ਅਤੇ ਅਕਾਲ ਖੁਦਾ ਬਖਸ਼ ਦੇ ਕਿ ਅਸੀਂ ਆਪਣੇ ਪ੍ਰਭੂ ਦੇ ਦੁੱਖ ਤਸੀਹਾਂ ਦੇ ਪੇਦਾਂ ਨੂੰ ਮਨਾ ਸਕੀਏ ਤਾਂ ਜੋ ਅਸੀਂ ਤੇਰੀ ਮਾਫ਼ੀ ਹਾਸਲ ਕਰਨ ਦੇ ਲਾਇਕ ਬਣ ਜਾਈਏ ਓਹੀ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ ਆਮੀਨ ਯਸ਼ਾਯਾ ਨਬੀ ਦਾ ਗ੍ਰੰਥ ਉਸਦਾ 49 ਬਾਬ 1 ਤੋਂ 6 ਐ ਤੱਕ ਹੇ ਦੂਰ ਦੇ ਕੌਮੋ ਦੇ ਲੋਕੋ ਤੁਸੀਂ ਮੇਰੀ ਸੁਣੋ ਮੇਰੇ ਜਨਮ ਤੋਂ ਪਹਿਲਾਂ ਹੀ ਪ੍ਰਭੂ ਨੇ ਮੈਨੂੰ ਚੁਣਿਆ ਅਤੇ ਮੈਨੂੰ ਆਪਣਾ ਦਾਸ ਨਿਯੁਕਤ ਕੀਤਾ ਸੀ ਉਸ ਨੇ ਮੇਰੇ ਬੋਲਾਂ ਨੂੰ ਤਲਵਾਰ ਦੇ ਵਾਂਗ ਤਿੱਖੀਆਂ ਕੀਤਾ ਅਤੇ ਆਪਣੇ ਹੱਥ ਦੇ ਨਾਲ ਮੇਰੀ ਰੱਖਿਆ ਕੀਤੀ ਉਸ ਨੇ ਮੈਨੂੰ ਤਿੱਖੇ ਤੀਰ ਦੇ ਵਾਂਗ ਤਿੱਖਾ ਕੀਤਾ ਅਤੇ ਆਪਣੀ ਤਰਕਸ਼ ਵਿੱਚ ਰੱਖਿਆ ਉਸ ਨੇ ਮੈਨੂੰ ਕਿਹਾ ਇਸਰਾਇਲ ਤੂੰ ਮੇਰਾ ਦਾਸ ਹੈ ਅਤੇ ਤੇਰੇ ਕਾਰਨ ਲੋਕ ਮੇਰੀ ਮਹਿਮਾ ਕਰਦੇ ਹਨ ਮੈਂ ਕਿਹਾ ਮੈਂ ਵਿਅਰਥ ਹੀ ਮਿਹਨਤ ਕੀਤੀ ਹੈ ਮੈਂ ਆਪਣੀ ਸਾਰੀ ਸ਼ਕਤੀ ਵਰਤੀ ਹੈ ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ ਪਰ ਫਿਰ ਵੀ ਮੈਂ ਪ੍ਰਭੂ ਉੱਤੇ ਭਰੋਸਾ ਰੱਖ ਸਕਦਾ ਹਾਂ ਕਿ ਉਹ ਮੇਰਾ ਪੱਖ ਲਵੇਗਾ ਅਤੇ ਉਹ ਮੈਨੂੰ ਚੰਗਾ ਬਦਲਾ ਦੇਵੇਗਾ ਮੇਰੇ ਜਨਮ ਤੋਂ ਹੀ ਪ੍ਰਭੂ ਨੇ ਮੈਨੂੰ ਨਿਯੁਕਤ ਕੀਤਾ ਸੀ ਅਤੇ ਉਸ ਨੇ ਮੈਨੂੰ ਆਪਣਾ ਦਾਸ ਬਣਾਇਆ ਕਿ ਮੈਂ ਉਸਦੇ ਲੋਕਾਂ ਨੂੰ ਵਾਪਸ ਲਿਆਵਾਂ ਅਰਥਾਤ ਉਸਦੇ ਖਿਲਰੇ ਹੋਏ ਇਸਰਾਇਲੀ ਲੋਕਾਂ ਨੂੰ ਵਾਪਸ ਲਿਆਵਾਂ ਪ੍ਰਭੂ ਮੈਨੂੰ ਆਦਰ ਦਿੰਦਾ ਹੈ ਅਤੇ ਮੇਰੀ ਸ਼ਕਤੀ ਦਾ ਸੋਮਾ ਹੈ ਪ੍ਰਭੂ ਨੇ ਮੈਨੂੰ ਕਿਹਾ ਮੈਂ ਤੇਰੇ ਤੋਂ ਇੱਕ ਵੱਡਾ ਕੰਮ ਲਵਾਂਗਾ ਤੂੰ ਕੇਵਲ ਇਸਰਾਇਲ ਦੇ ਬੱਚੇ ਲੋਕਾਂ ਦਾ ਨਾਂ ਉੱਚਾ ਨਹੀਂ ਕਰੇਗਾ ਸਗੋਂ ਮੈਂ ਤੈਨੂੰ ਕੌਮਾਂ ਦੇ ਲਈ ਚਾਨਣ ਬਣਾਵਾਂਗਾ ਤਾਂ ਜੋ ਸਾਰਾ ਸੰਸਾਰ ਮੁਕਤੀ ਪ੍ਰਾਪਤ ਕਰੇ ਇਹ ਪ੍ਰਭੂ ਦੀ ਬਾਣੀ ਹੈ ਖੁਦਾ ਦਾ ਸ਼ੁਕਰ ਹੋਵੇ ਚੜ੍ਹ ਜਾਵਾਂ ਤੇ ਅਸਮਾਨਾਂ
ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਦੇ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯੋਹੰਨਾ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸਦਾ ਤੇਰਾ ਬਾਪ 21 ਆਇਤ ਤੋਂ 33 ਆਇਤ ਤੱਕ ਅਤੇ 36 ਤੋਂ 38 ਆਇਤ ਤੱਕ। ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ ਤਾਂ ਉਹ ਮਨ ਹੀ ਮਨ ਬਹੁਤ ਘਬਰਾਇਆ ਅਤੇ ਉਸਨੇ ਗਵਾਹੀ ਦਿੰਦਿਆਂ ਇਹ ਕਿਹਾ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ
एक मेरे नाल विश्वासघात करेगा। चल चेले शक नाल एक दूजे नो तक दे रहे, वो ये समझ नहीं रहे सन कि उसने ये किस दे बारे कहा है। यीशु दे चेलियां विचों एक जिसनु वो प्यार करदा सी अते उस दे सीने वल छुके बैठिया सी, इसलिए शमाउन पत्रस ने उसनु इशारा करके कहा, पूछ के सानु दस कि वो किस दे बारे कह रहा है। इसलिए यीशु दे वल झुके बैठे उसने ये सुन कहा, प्रभु वो कौन है? यीशु ने उत्तर दिता, रोटी दी ये बुरकी डबो के मैं जिसनु देवा ओही है। फिर उसने रोटी दी बुरकी डबो के शमाउन इस्करियोती दे पुत्र यहूदा ने दिती। उस दे ओ बुरकी लैण दे बाद शैतान उस विच वड़ गया। यीशु ने उसनु कहा, जो तू करण वाला है वो छेती कर। भोजन करण वालियां विचों कोई भी ये समझ नहीं सकिया कि यीशु ने उसनु ये क्यों कहा है। कुछ लोगों ने ये सोचिया कि यहूदा दे कोल पैसियां दी थैली है, इसलिए यीशु ने उसनु कहा, त्योहार दे लई जो सानू लोड़ींदा है वो खरीद लवो, जा गरीबां नू कुछ दान देवो। सो रोटी दी बुरकी लेके वो एकदम बाहर चला गया। ये रात दा समा सी। शमाउन पत्रस ने उसनु कहा, प्रभु तुसी किथे जा रहे हो? यीशु ने उत्तर दिता, जिथे मैं जा रहा हाँ उथे तुसी मेरे पिछे हुण नहीं आ सकते, पर बाद विच तुसी आओगे। पत्रस ने उसनु कहा, प्रभु मैं हुण तुहाडे पिछे क्यों नहीं आ सकदा? मैं तुहाडे लई अपनी जान भी कुर्बान कर देवांगा। यीशु ने उत्तर दिता कि तू मेरे लिए अपनी जान कुर्बान करेगा? मैं तेनु सच कहिंदा हाँ, कुकड़ दे बांग देन तो पहला तू तीन बार मेरा इनकार किया होगा। प्रभु दी पवित्र अंजील। तेरी महिमा होवे ऐ मसीहा। प्रभु यीशु मसीह दे विच मेरे प्यारे प्रांत पेणो तो बच्चियों सारियां ने जय यीशु मसीह दी। जय यीशु मसीह दी। असी पाक हफ्ते दे विच प्रवेश हो चुके हैं। अति इस पाक हफ्ते दे विच प्रभु दे नाल एक सफर असी करदे हां, प्रभु दे नाल एक यात्रा। प्रभु यीशु मसीह दे यरूशलेम शहर दे विच जय जयकार आखे उन्हां नूं स्वीकार कीता गया सी। अते प्रभु यीशु मसीह दा ओ खास घटना नूं याद करदे हुए अस सारे पिछले एतवार नूं खजूरी एतवार दे तौर ते मनाया। अज दा दिन असी पाक हफ्ते दे मंगलवार दे विच पाक मंगलवार असी भी मना रहे हां। प्यारियों अज विशेष करके पवित्र अंजील साडे सामने ये वचन दिता है, प्रभु यीशु मसीह दा वचन है, प्रभु यीशु मसीह किस तरह अपने मौत दे बारे अपने चेलियां दे नाल बहुत ही स्पष्ट दे रूप दे विच दस चुके, अते प्रभु यीशु मसीह हर एक गल नूं बहुत वधी तरीके दे नाल अपने चेले दे सामने दसदा है कि एक जन मेरा विश्वासघात करेगा। अते संत पत्रस नूं प्रभु यीशु मसीह दा दिल खोल के ये गल कहिंदा है कि तुसी कुकड़ दे बांग होने तो पहला ही तीन वारी मैनु इनकार करेगा। प्रभु यीशु दी जिंदगी दे विच होण वालियां सारियां घटनावां पहले ही प्रभु यीशु दसदा है। प्रभु यीशु मसीह खुदा है, उहदे एक उदाहरण एक खास सबूत साडे प्रभु यीशु मसीह सानू दिंदा है। अज दा दिन असी यहूदा इस्करियोत बारे एक मिनट सोची, उन्हां नूं पता सी वह की करन वाला है, अते प्रभु यीशु मसीह नूं भी पता सी वह प्रभु यीशु मसीह दे नाल की करेगा।
अति से तरह संत पत्रस ने यह नहीं पता से कि वो की करेगा, लेकिन प्रभु यीशु ने पता से संत पत्रस प्रभु दे नाल की करेगा। साड़ी जिंदगी दे विच भी प्रभु यीशु मसीह दे प्रति असि की करते हैं की नहीं करते हाँ सब कुछ प्रभु जानता है, लेकिन असि कई बारी भुल जाते हैं। असि भी वो चेलिया वांग आपस में बुड़बड़ाते हैं कि वह किस दे बारे गल कर रहे हैं, वह किस दे बारे दसते हैं। प्यारियो इस पाक हफ्ते दे विच असी भी प्रभु येसु नू विश्वासघात करन लई नहीं, सगों प्रभु येसु दे विच विश्वास करन लई सब तों पहला असी अगे वधीए। विश्वास नू मजबूत करन दा समा है इस पाक हफ्ते दे समा, अते इस पाक हफ्ते दे समा दे विच असी खास प्रार्थना करन दा समा है। शक्ति प्राप्त करने लई कभी भी कोई झूठा कोई ईसाई बनन लई नहीं, या कोई झूठा कोई कैथलिक बनन लई नहीं, सगों एक सच कैथलिक बनन लई असी खास प्रार्थना करन दा समा है इस पाक हफ्ते दे समा। असी किसे नो किसे कोल जाके कोई झूठी गवाही देने दी लोड़ नहीं, सगों असी प्रभु येसु नू जेकर मनदा हाँ, मेरे प्रभु येसु मसीह नू मैं मनदा हाँ, तां सचमुच विश्वास दे नाल जाके लोकां नू कहिए ये मेरा प्रभु है, ये मेरा प्रभु है, मेरे खातिर तुहाडे खातिर इस धरती उत्ते आया, इस धरती उत्ते आण के दुख सहिया मर गया ते जी उठा है। वही प्रभु येसु नू तुसी भी महसूस करो। आइए सी पाक हफ्ते दे विच प्रभु येसु नू विश्वासघात करन लई नहीं या इनकार करन लई नहीं, सगों प्रभु येसु दे नाल चल के प्रभु येसु दे नाल अपने भी सलीबा नू चुक के उन्हां दी पैर भी करन लई कोशिश करिए, अते प्रभु येसु दे नाल चल के अपने दुखां दर्दां नू प्रभु येसु दे नाल छड के, प्रभु येसु दे चरणां दे विच छड के अपने गुनाहां नू छड के यही प्रार्थना करांगे कि प्रभु मैं कमजोर हाँ, मैं कमजोर हाँ, मेरे विच बहुत सारिया कमजोरिया हैं, इन सारी कमजोरिया दूर करके तुहाडे नाल चलन लई इस पाक हफ्ते दे विच जिस तरह तुसी पाक हो उस तरह मैनू भी पाक बना दे, मैनू भी पवित्र कर, अते मैं एक सच्चा कैथलिक बन के हमेशा मेरे कैथलिक कलीसिया दे विच अगे वधदा रहा। आइए सी इस मकसद लई खास प्रार्थना करिए, सच्चा कैथलिक बन के सच्चे ईमान दे नाल चलन लई प्रभु येसु तों बरकत मंगिए। अति इस पाक हफ्ते दे विच आन वाले समा पाक वीरवार दा दिन जो प्रभु येसु मसीह ने सानू एक वधिया नमूना विखाया, एक नीवा होके एक सेवादार दे नमूना विखाया, प्यार दा सब तों वड्डा चिन्ह विखाया, प्रभु येसु दे नमूना नू स्वीकार करदे हुए प्रभु येसु दे दुख दे विच हिस्सा लईए। नालों नाल असी प्रभु येसु दे विच मर के अपने गुनाह दे हालत विच भी असी मर के फिर खुशी दा वो दिहाड़ा जो प्रभु येसु मसीह ने ईस्टर दा दिन प्रभु येसु मसीह दा जी उठण दा दिन गुनाह दे उते पाप दे उते अनेर दे उते जित पा के सानू भी एक वरदान दिता, आशीष दिती, नवा जीवन दिता, उस दे विच भी भाग लैण लई असी अपने आप नू तैयार करांगे। सो आइए असी इस वरदान दे लई इस पाक मास दे कुरबानी दे विच खास प्रार्थना करिए, अते पाक हफ्ते दे विच भी असी आन वाले समय दे विच भाग लईए। खुदा तुस सारियां नू बरकत देवे।
तुझ दरबार में आया दिल नजरा तेनु चढ़ावा प्यारे प्रावत भेनो प्रार्थना करो कि मेरी अते तुहाडी कुर्बानी पूरी कुदरत वाला खुदा बाप नु कबूल होवे प्रभु इस कुर्बानी नु तुहाडे हथां दे विचों अपने नाम दी स्तुति वडियाई लई साडे ते सारी पाप कलीसिया दे भले लई कबूल करे ये प्रभु इना पेदा राहे साडे विच अपने पाक करण वाले कम न जाहिर कर बख्श दे कि इस दे राही असी दुनिया भी कसूरां तो शुद्ध होके सुरग दियां सुगातां नूं हासिल करिए साडे प्रभु येसु मसीह दे राही आमीन प्रभु तुहाडे नाल होवे ते तुहाडे रूह दे नाल भी होवे तुसी अपने दिल प्रभु वल लगावो असी अपना दिल प्रभु वल लगांदे हां असी अपने प्रभु खुदा दा धन्नवाद करिए ये सही ते योग है ये प्रभु पवित्र बा पूरी कुदरत वाले ते अकाल खुदा ये सचमुच सही ते योग है मुक्ति पावन दरा है कि असि हर वेले ते हर था ये मसीह अपने प्रभु दे राही तेरा धन्नवाद करी हर साल तू सानू ये आनंद भरिया समा दिंदा है ता जो इस विच असी नवीन किते मन अते दिल नाल पासका फेदा नु सही ढंग नाल मनाउण दी तैयारी करी ये बा तू सानू अपनी प्यार भरी भक्ति दा जज्बा दिंदा है अते अपने गवांढियां दी प्यार भरी सेवा होर उद्यमी ढंग नाल करण दा फजल दिंदा है जिवें असी उन्हां खड़नावां नूं याद करदे हां जिन्हां मसीह विच सानूं नवा जीवन दिता है तां तू साडे विच अपने बेटे दे सरूप नूं पूरी तरह डालदा है इस लई फरिश्तियां ते महाफरिश्तियां सुरगी दियां सारियां संतां अते सारे सुरगी लश्करां नाल मिलके तेरी महिमा गीत गाउंदे होए
ਇਹ ਐਲਾਨ ਕਰਦੇ ਹਾਂ ਸਵਰੇ ਗੁਣ ਸਵਰੇ ਗੁਣ ਹੈ ਸੈਨਾਨੀ ਪ੍ਰਭੂ ਖੁਦਾ ਸੁਰੀ ਗੁਣ ਸੁਰੀ ਗੁਣੀ ਹੈ ਸੈਨਾ ਦੇ ਪ੍ਰਭੂ ਖੁਦਾ ਆਕਾਸ਼ ਤੇ ਧਰਤੀ ਸਾਰੀ ਤੇਰਾ ਸ਼ਾਨ ਹੈ ਆਕਾਸ਼ ਤੇ ਧਰਤੀ ਸਾਰੀ ਤੇਰਾ ਸ਼ਾਨ ਹੈ ਹੁਸਾਨਾ 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 ਸੁਰੇ ਗੁਣ ਸੁਰੇ ਗੁਣ ਹੈ ਸੈਨਾ ਦੇ ਪ੍ਰਭੂ ਖੁਦਾ ਤਨੇ ਉਹ ਜਿਹੜਾ ਆਉਂਦਾ ਹੈ ਰੱਬ ਦੇ ਨਾਂ ਦੇ ਉੱਤੇ ਤਨੇ ਉਹ ਜਿਹੜਾ ਆਉਂਦਾ ਹੈ ਰੱਬ ਦੇ ਨਾਂ ਦੇ ਉੱਤੇ ਹੁਸਾਨਾ 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 ਸੁਰੇ ਗੁਣ ਸੁਰੇ ਗੁਣ ਹੈ ਸੈਨਾ ਦੇ ਪ੍ਰਭੂ ਖੁਦਾ ਯੇ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਇਹ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਪਾਕਤੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਤੇ ਪਾਕ ਕਰਦਾ ਹੈ ਤੂੰ ਲਗਾਤਾਰ ਆਪਣੇ ਲਈ ਪਰਛਾਈ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ ਇਸ ਲਈ ਏ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੇ ਮਿਹਰ ਨਾਲ ਹੋਏ ਰੂਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੇ ਪਾਕ ਹਜ਼ੂਰ ਵਿੱਚ ਲੈ ਕੇ ਆਏ ਹਾਂ ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ ਜਿਸ ਰਾਤ ਉਸਦਾ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰ ਦਿਆ ਬਰਕਤ ਦਿੱਤੀ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ
तेरा धन्यवाद कर दिया बरकत दिती प्याला अपने चेलियां नूं दिता ये केंदे होए तुसी सारे ये लवो अते इस विचों पियो क्यों जो ये मेरे लहू दा प्याला है नवी अते सदी विनेम दा लहू जो तुआडे अते बहुतियां वास्ते गुनाहां दी माफी लई बहाया जावेगा मेरी याद विच ये करिया करो ईमान दा पेद हे प्रभु येशु तू अपनी सलीब ते जी उठने देना सानू मौत की का ਲਈ ਪ੍ਰਭੁ ਅਸੀਂ ਤੇਰੇ ਬੇਟੇ ਦੇ ਮੁਕਤੀਗਾਰੀ ਦੁੱਖ ਭੋਗ ਉਸਦੇ ਜਲਾ ਲਈ ਜੀ ਉੱਠਣ ਅਤੇ ਸਵਰਗ ਵਿੱਚ ਚੜ ਜਾਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਅਤੇ ਉਸਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੇ ਕਲੀਸਿਆਂ ਦੇ ਚੜਾਵੇ ਅਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ ਜਿਸ ਦੇ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਮੇਲ ਕਰਾਇਆ ਹੈ ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸਦੇ ਰੂਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ ਉਹ ਸਾਨੂੰ ਤੇਰੇ ਲਈ ਇੱਕ ਸਦੀ ਵੀ ਨਜ਼ਰਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ ਖਾਸ ਕਰਕੇ ਤਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਵਰਸਾਂ ਦੀ ਯੂਸਫ ਦੇ ਨਾਲ ਤੇਰੇ ਤਨ ਰਸੂਲਾਂ ਨਾਲ ਤੇਜਸਵੀ ਸ਼ਹੀਦਾਂ ਨਾਲ ਸੰਤ ਜੋਧਾਂ ਦੇ ਨਾਲ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸਤੇ ਵਾਰਸ ਬਣ ਜਾਈ ਇਹਨਾਂ ਵੱਲੋਂ ਤੇਰੀ ਹਜ਼ੂਰ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ ਇਹ ਪ੍ਰਵਾਸਿਤ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੇਲੇ ਆਪਣੇ ਯਾਤਰੀ ਕਲੀਸਿਆਂ ਨੂੰ ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ ਸਾਡੇ ਬਿਸ਼ਪ ਫ੍ਰਾਂਕੋ ਨੂੰ ਕੁੱਲ ਦੁਨੀਆਂ ਦੇ ਬਿਸ਼ਪਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਇਹਨਾਂ ਨੂੰ ਤੂੰ ਆਪਣਾ ਬਣਾ ਲਿਆ ਹੈ ਇਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾ ਹੁਣ ਦੀ ਮਿਹਰਬਾਨੀ ਕਰ ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ ਇਹ ਦਿਆਲੂ ਬਾਪ ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ ਸਾਡੇ ਮੋਏ ਹੋਏ ਭੈਣ ਭਰਾਵਾਂ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੀਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ
ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਆਈ ਅਸੀਂ ਵਿਸ਼ਵਾਸ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਸੌਂਪਦੇ ਹੋਏ, ਆਪਣੇ ਦੁੱਖਾਂ ਨੂੰ ਦਰਦਾਂ ਨੂੰ ਸੌਂਪਦੇ ਹੋਏ ਪ੍ਰਾਰਥਨਾ ਕਰੀਏ। ਉਸਦੇ ਰਾਹੀ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਇਹ ਪੂਰੀ ਕੁਦਰਤ ਵਾਲੇ ਖੁਦਾ ਬਾਪ ਰੂਪਾ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਸਦਾ ਤੋਂ ਸਦਾ ਤੀਕ ਆਵੋ ਅਸੀਂ ਮਿਲ ਕੇ ਪ੍ਰਾਰਥਨਾ ਕਰੀਏ। ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੇ ਅਸਾਂ ਸਾਰਿਆਂ ਨੂੰ ਸਿਖਾਇਆ ਹੈ, ਇਸ ਧਰਤੀ ਤੇ ਵੀ ਹੋਵੇ ਉੱਚਾ ਮੁਕਾਮ ਤੇਰਾ। ਹੈ ਬਾਪ ਆਸਮਾਨੀ, ਹੈ ਪਾਕ ਨਾਮ ਤੇਰਾ। ਤੇਰੀ ਮਰਜ਼ੀ ਹੋਵੇ ਪੂਰੀ, ਤੇਰਾ ਰਾਜ ਹੋਵੇ ਹਰ ਥਾਂ। ਸਾਡੇ ਗੁਨਾਹ ਸਾਰੇ ਹੁਣ ਮਾਫ ਕਰ ਖੁਦਾਇਆ। ਦੁਸ਼ਮਣਾਂ ਨੂੰ ਕਰਦਾ ਹਮਾਫ ਦਿਲ ਤੋਂ, ਨਾਲ ਮੇਰਾ ਤੇਰਾ ਬਦਿਆਂ ਤੇ ਪਾਪਾਂ ਤੋਂ ਮੈਨੂੰ ਬਚਾ ਖੁਦਾਇਆ। ਆਸਮਾਨੀ ਹੈ ਪਾਕ ਨਾਮ ਤੇਰਾ,
इस धरती ते भी होवे ऊंचा मुकाम तेरा ये बाप आसमानी है पाक नाम तेरा ये प्रभु असी प्रार्थना कर दे हां सब राइयां तो सान बचा अपने रहम नाल साढ़े दिनां विच शांति दे तांचो तेरी दया दी मदद नाल असी हमेशा गुनाह तो मुक्त रहिए अते हर मुसीबत तो सुरक्षित रहिए जिवें मुबारक उम्मीद रखदे होए असी यीशु मसीह साढ़े मुक्तदाते दे आउण दी उड़ीक करदे हां तेरा है राज ते कुदरत परताप भी है तेरा प्रभु यीशु मसीह तू अपने रसूलों नूं आख्या मैं तुहानूं शांति दिंदा हां अपनी शांति मैं तुहानूं प्रदान करदा हां तू साढ़े गुनाह नूं नहीं सगों अपने कलीसिया दे ईमान नूं वेख अते उसनूं तेरी मर्जी मुताबिक शांति अते एकता प्रदान कर तू जो जिउंदा राज करदा है सदा तो सदा तक प्रभु दी शांति सदा तुआडे नाल होवे अते तुआडे रूह दे नाल भी होवे आइए असीं आप विच शांति दा सलाम देईए दादे तू दुनिया दे गुनाह चुक ले जांदा है ले ले खुदा दे ले ले खुदा दे सानी उते दया करो ले ले खुदा दे तू दुनिया दे गुनाह चुक ले जांदा है ले ले खुदा दे ले ले खुदा दे सानी उते दया करो ले ले खुदा दे तू दुनिया दे गुनाह चुक ले जांदा है ले ले खुदा दे ले ले खुदा दे शांति प्रदान करो वेखो खुदा दलीला इनू वेखो जिहड़ा संसार दे गुनाह चुक लैंदा है तन हन्नो जिहड़े लेले दे भोजन लई सदे गए हन ਦੁਆ ਪਾਕ ਸ਼ਰਾਕ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਨਾਮ ਵਿੱਚ ਆਉਣ ਵਾਲਾ ਹੈ ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗ ਉਸਨੂੰ ਮੰਨੀਏ ਅਤੇ ਪਿਆਰ ਕਰੀਏ ਐ ਸੰਤੀ ਯੂਸਫ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸਦੀ ਸੇਵਾ ਕਰਨੀ ਸਿਖਾ ਆਮੀਨ Thank you.
ਅਸੀਂ ਪ੍ਰਾਰਥਨਾ ਕਰੀਏ ਯੇ ਪ੍ਰਭੂ ਇਸ ਪਾਕ ਅਲਤਾਰ ਤੋਂ ਮਿਲਣ ਵਾਲਾ ਭੋਜਨ ਸਾਡੇ ਜੀਵਨ ਵਿੱਚ ਭਗਤੀ ਨੂੰ ਵਧਾਵੇ ਅਤੇ ਉਹ ਸਾਡੇ ਲਈ ਤੇਰੇ ਮੇਲ ਮਿਲਾਪ ਦੇ ਕੰਮ ਦੀ ਸਦੀ ਵੀ ਮਦਦ ਬਣਿਆ ਰਹੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਦੇ ਨਾਲ ਵੀ ਹੋਵੇ ਪੂਰੀ ਕੁਦਰਤ ਵਾਲਾ ਖੁਦਾ ਬਾਪ ਬੇਟਾ ਅਤੇ ਰੂਹ ਪਾਕ ਤੁਸਾਂ ਸਾਰਿਆਂ ਨੂੰ ਬਰਕਤ ਦੇਵੇ ਆਮੀਨ ਪਵਿੱਤਰ ਕੁਰਬਾਨੀ ਚੜਾਈ ਗਈ ਸ਼ਾਂਤੀ ਨਾਲ ਜਾਵੋ ਖੁਦਾ ਦਾ ਸ਼ੁਕਰ ਹੋਵੇ ਦੁਆ ਯਾਦ ਕਰ ਅਨਹਿਤ ਮਿਹਰਬਾਨ ਕੁਆਰੀ ਮਰੀਮ ਪਹਿਲੇ ਤੇ ਨਹੀਂ ਸੁਣਿਆ ਗਿਆ ਕਿ ਕੋਈ ਤੇਰੀ ਪਨਾਹ ਲੱਭਦੇ ਆ ਤੇਰੀ ਮਦਦ ਚਾਹੁੰਦੇ ਆ ਤੇਰੀ ਸਿਫਾਰਿਸ਼ ਮੰਗਦੇ ਆ ਤੇ ਤੋਂ ਖਾਲੀ ਗਿਆ ਹੋਵੇ ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ ਮੈਂ ਤਸੱਲੀ ਨਾਲ ਤੇਰੇ ਕੋਲ ਨਸੇ ਆਉਂਦੀ ਹਾਂ ਅਤੇ ਦੇਖ ਲੋ ਕੇ ਮੈਂ ਗੁਨਾਹੀ ਰੋਂਦੀ ਹਾਂ ਐ ਦੇ ਤਾਰੇ ਹੋਏ ਕਲਾਮ ਦੀ ਮਾਂ ਮੇਰਾ ਜਨਮ ਕੀ ਨਾ ਜਾਣ
ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ ਆਮੀਨ ਪਵਿੱਤਰ ਕੁਆਰੀ ਮਰੀਅਮ ਸ਼ਾਂਤੀ ਦੀ ਰਾਣੀ ਸਾਡੇ ਲਈ ਦੁਆ ਕਰ